ਜਦੋਂ ਅਸੀਂ ਉੱਥੇ ਬੈਠੇ ਸੀ ਉਦੋਂ ਸਾਡੇ ਵਿੱਚ ਕੇਜਰੀਵਾਲ ਆ ਕੇ ਰੋਜ਼ ਕਹਿੰਦਾ ਸੀ ਬਈ ਮੈਂ ਮੇਰੀ ਸਪੋਰਟ ਕਰੋ। ਕੇਜਰੀਵਾਲ ਰੋਜ਼ ਆ ਕੇ ਕਹਿੰਦਾ ਸੀ ਮੇਰੀ ਸਪੋਰਟ ਕਰੋ। ਕੇਜਰੀਵਾਲ ਦੀ ਸਪੋਰਟ ਅਸੀਂ ਕੀਤੀ ਨਹੀਂ ਉਸ ਵੇਲੇ। ਪਛਤਾਵਾ ਹੈ, ਉਹ ਚੋਣ ਨਹੀਂ ਲੜਨੀ ਚਾਹੀਦੀ ਸੀ ਜਾਂ ਤੁਹਾਨੂੰ ਲੱਗਦਾ ਕਿ ਸਹੀ ਫੈਸਲਾ ਸੀ? ਨਹੀਂ, ਫੈਸਲਾ ਉਹਨਾਂ ਦਾ ਸੀ, ਮੇਰਾ ਨਹੀਂ ਸੀ। ਤੁਹਾਨੂੰ ਅੱਜ ਲੱਗਦਾ ਕਿ ਨਹੀਂ ਸੀ ਲੜਨਾ ਚਾਹੀਦਾ? ਮੈਂ ਸਾਰੀ ਉਮਰ ਨਹੀਂ ਲੜਿਆ, ਫਿਰ ਉਦੋਂ ਨਹੀਂ ਸੀ ਲੜਨੀ ਚਾਹੀਦੀ। ਮੈਂ ਉਹਨਾਂ ਦੀ ਗੱਲਾਂ 'ਚ ਆ ਗਿਆ। ਪਛਤਾਵਾ ਕਰਦੇ ਹੋ? ਪਛਤਾਵਾ ਬਿਲਕੁਲ ਠੀਕ ਹੈ, ਇਹਦੇ 'ਚ ਮੈਨੂੰ ਨਹੀਂ ਸੀ ਲੜਨੀ ਚਾਹੀਦੀ। ਪੰਜਾਬ ਦੇ ਵਿੱਚ ਕੀ ਲੱਗਦਾ? ਪੰਜਾਬ 'ਚ ਨਹੀਂ, ਬੀਜੇਪੀ ਨੂੰ ਤਾਂ ਕੁਛ ਨਹੀਂ ਲੱਭਣਾ ਪੰਜਾਬ 'ਚ। ਬੀਜੇਪੀ ਦੇ ਪੱਲੇ ਕੁਛ ਨਹੀਂ ਹੈ ਪੰਜਾਬ 'ਚ। ਪੰਜਾਬ ਦੇ ਲੋਕ ਐਡੇ ਮੂਰਖ ਨਹੀਂ ਹਨ। ਬੀਜੇਪੀ ਨੇ ਜੇ ਲੜਾਈ ਹੋਏਗੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਦਰਮਿਆਨ ਹੋਏਗੀ। ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ? ਅਕਾਲੀ ਦਲ ਦਾ ਵੀ ਲੋਕੀ ਅਸਲ 'ਚ ਮੁਸ਼ਕਲ ਇਹ ਹੈ ਵੀ ਅਕਾਲੀ ਦਲ ਦਾ ਜਿਹੜਾ ਪਿੱਛੇ ਫੋਕਸ ਹੋਏਗਾ ਨਾ, ਬੇਅਦਬੀਆਂ ਦੇ ਮਾਮਲੇ 'ਤੇ ਜੋ ਕੁਛ ਹੋਇਆ, ਜਾਂ ਪਿੱਛੇ 10 ਸਾਲ ਲਗਾਤਾਰ ਸਰਕਾਰ ਰਹੀ ਜਿਸ ਤਰ੍ਹਾਂ ਦਾ ਰਵੱਈਆ ਰਿਹਾ, ਉਹ ਤੋਂ ਫਿਰ ਉਹ ਉਹਨਾਂ ਦਾ ਨੁਕਸਾਨ ਹੋਇਆ। ਲੋਕ ਸਭਾ ਚੋਣਾਂ 2024 ਇਸ ਵਾਰ ਦੀਆਂ ਚੋਣਾਂ ਖਾਸ ਨੇ, ਔਰ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਸਾਰੀਆਂ ਪਾਰਟੀਆਂ ਸਿਰ ਧੜ ਦੀ ਬਾਜ਼ੀ ਲਾਉਣ ਦੇ ਦਾਅਵੇ ਕਰਦੀਆਂ ਨੇ। ਹਰ ਪਾਰਟੀ ਨੂੰ ਪੂਰੀ ਉਮੀਦ ਹੈ ਅਤੇ ਹਰ ਵਾਹ ਲਾ ਰਹੇ ਨੇ। ਬੀਜੇਪੀ ਪੰਜਾਬ ਦੇ ਵਿੱਚ ਆਪਣੇ ਪੈਰ ਜਮਾਉਣ ਦੀ ਤਿਆਰੀ ਕਰ ਰਹੀ ਹੈ, ਕਿਉਂਕਿ ਇਕੱਲਿਆਂ ਚੋਣ ਮੈਦਾਨ ਦੇ ਵਿੱਚ ਨੇ। ਪਰ ਬੀਜੇਪੀ ਨੂੰ ਪੰਜਾਬ ਦੇ ਵਿੱਚ ਇੱਕ ਵੱਡਾ ਵਿਰੋਧ ਵੀ ਝੱਲਣਾ ਪੈ ਰਿਹਾ। ਵਿਰੋਧ ਕਿਹਦਾ ਝੱਲਣਾ ਪੈ ਰਿਹਾ? ਪੰਜਾਬ ਦੇ ਕਿਸਾਨਾਂ ਦਾ। ਜਿੱਥੇ ਜਾਂਦੇ ਨੇ ਕਿਸਾਨਾਂ ਦਾ ਘੇਰਾ ਪੈ ਜਾਂਦਾ। ਆਖਿਰ ਇਹ ਹਾਲਾਤ ਕਿਉਂ ਪੈਦਾ ਹੋਏ ਅਤੇ ਇਹਨਾਂ ਹਾਲਾਤਾਂ ਤੋਂ ਬਾਅਦ ਨਿਬੜੇਗਾ ਕੀ? ਸਾਡੇ ਨਾਲ ਪੰਜਾਬ ਦੇ ਵੱਡੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਮੌਜੂਦ ਨੇ। ਰਾਜੇਵਾਲ ਹੋਣੀ ਉਹ ਚਿਹਰਾ ਨੇ ਜਿਨ੍ਹਾਂ ਨੇ ਸਾਲ ਸਵਾ ਸਾਲ ਵਾਲਾ ਜਿਹੜਾ ਅੰਦੋਲਨ ਦਿੱਲੀ ਦੀਆਂ ਬਰੂਹਾਂ 'ਤੇ ਚੱਲਿਆ ਉਸਦੀ ਅਗਵਾਈ ਕੀਤੀ। ਰਾਜੇਵਾਲ ਸਾਹਿਬ, ਇਸ ਵਾਰ ਚੋਣਾਂ ਕੁਝ ਵੱਖਰੀਆਂ ਦੇਖੀਆਂ ਜਾ ਰਹੀਆਂ ਨੇ, ਕਿਉਂਕਿ ਬੀਜੇਪੀ ਦਾਅਵਾ ਕਰਦੀ ਹੈ ਕਿ ਅਸੀਂ ਐਤਕੀ ਫਿਰ ਤੋਂ ਆਉਣਾ ਤੇ ਪੰਜਾਬ ਦੇ ਵਿੱਚ ਵੀ ਪੈਰ ਲਾਉਣੇ ਨੇ, ਪਰ ਕਹਿੰਦੇ ਕਿਸਾਨ ਉਹਨਾਂ ਦੇ ਇਸ ਰਾਹ ਦੇ ਵਿੱਚ ਵੱਡਾ ਅੜਿੱਕਾ ਸਾਬਤ ਹੋ ਰਹੇ ਨੇ। ਇਸ ਤਰ੍ਹਾਂ ਬਈ, ਮੈਂ ਸਾਰੀ ਉਮਰ ਕੱਢੀ ਹੈ, ਮੈਂ ਇਸ ਦੇਸ਼ ਵਿੱਚ ਆਜ਼ਾਦ ਭਾਰਤ 'ਚ ਬੜੀਆਂ ਸਾਰੀਆਂ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਦੇਖੀਆਂ ਨੇ। ਸਾਡੀ ਇੱਕ ਧਾਰਨਾ ਬਣੀ ਹੋਈ ਹੈ, ਜਿਹੜੇ ਹੁਣ ਨਵੇਂ ਅੱਗੇ ਸਮਾਂ ਜਾਏਗਾ ਕਿਸ ਤਰ੍ਹਾਂ ਹੋਏਗਾ ਕਹਿ ਨਹੀਂ ਸਕਦੇ। ਇੱਕ ਧਾਰਨਾ ਬਣੀ ਹੋਈ ਹੈ ਜੋ ਅਸੀਂ ਇਹ ਅੱਜ ਕੱਲ੍ਹ ਬੜਾ ਪ੍ਰਚਾਰ ਕਰਦੇ ਨੇ ਵੀ ਇਸ ਦੇਸ਼ ਵਿੱਚ ਲੋਕ ਰਾਜ ਹੈ, ਲੋਕਾਂ ਦਾ ਰਾਜ ਹੈ, ਡੈਮੋਕਰੇਸੀ ਹੈ, ਲੋਕਤੰਤਰ, ਲੋਕਤੰਤਰ ਹੈ। ਲੋਕਾਂ ਨੂੰ, ਲੋਕਾਂ ਦੇ ਕੁਛ ਅਧਿਕਾਰ ਵੀ ਹੁੰਦੇ ਨੇ, ਜਿੱਥੇ ਡਿਊਟੀਜ਼ ਨੇ ਉੱਥੇ ਉਹਨਾਂ ਦੇ ਕੁਛ ਅਧਿਕਾਰ ਵੀ ਸਾਡੇ ਸੰਵਿਧਾਨ ਵਿੱਚ ਦਿੱਤੇ ਹੋਏ ਆ। ਉਹਦੇ ਮੁਤਾਬਕ ਅਸੀਂ ਆਪਣੀ ਰਾਜਧਾਨੀ ਜਾ ਕੇ ਕੋਈ ਪ੍ਰੋਟੈਸਟ ਕਰਨਾ, ਪੀਸਫੁਲ ਪ੍ਰੋਟੈਸਟ ਸਾਡਾ ਅਧਿਕਾਰ ਹੈ, ਕੰਸਟੀਟਿਊਸ਼ਨਲ ਰਾਈਟ ਹੈ। ਮੈਂ ਪਿਛਲੇ ਦਿਨੀ ਇੱਕ ਜਾਂਚ ਕਰ ਰਹੀ ਹੈ, ਇੱਕ ਹਾਈ ਕੋਰਟ ਦੀ ਰਿਟਾਇਰਡ ਜੱਜ ਜਿਹੜਾ ਸ਼ੁਭਕਰਨ ਮੁੰਡੇ ਦੀ ਮੌਤ ਹੋਈ, ਉਹ ਮੇਰੀ ਹਾਈ ਕੋਰਟ 'ਚ ਰਿਟ 'ਤੇ ਅਪੁਆਇੰਟ ਹੋਈ ਉਹ ਜੱਜ, ਅਤੇ ਜੈ ਸ਼੍ਰੀ ਠਾਕੁਰ ਰਿਟਾਇਰਡ ਜੱਜ ਹੈ। ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਜਦੋਂ ਉੱਥੇ ਬੈਠੇ ਸੀ ਨਰਵਾਣੇ, ਉਹੀ ਗੱਲ ਅੱਜ ਤੁਹਾਡੇ ਸਵਾਲ ਦੇ ਜਵਾਬ 'ਚ ਢੁੱਕਦੀ ਹੈ। ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਡਮ ਮੈਨੂੰ ਇੱਕ ਦੱਸਿਓ, ਡੈਮੋਕਰੇਸੀ ਹੈ, ਮੇਰਾ ਅਧਿਕਾਰ ਹੈ, ਮੈਂ ਪੀਸਫੁਲ ਪ੍ਰੋਟੈਸਟ ਕਰ ਸਕਦਾ, ਮੇਰਾ ਅਧਿਕਾਰ ਹੈ, ਦਿੱਲੀ ਮੇਰੀ ਰਾਜਧਾਨੀ, ਮੈਂ ਉੱਥੇ ਜਾ ਸਕਦਾ, ਮੇਰਾ ਅਧਿਕਾਰ ਹੈ, ਮੈਂ ਕਿਸੇ ਨੂੰ ਕੋਈ ਡਿਸਟਰਬ ਨਹੀਂ ਕਰਦਾ, ਮੈਂ ਜਿਹੜੀ ਨੈਸ਼ਨਲ ਹਾਈਵੇ ਆ ਉਹਦੇ 'ਤੇ ਸਫ਼ਰ ਕਰ ਸਕਦਾ। ਅਤੇ 13 ਤਰੀਕ ਨੂੰ ਸਾਡੇ ਕੁਝ ਸਾਥੀਆਂ ਨੇ ਇੱਕ ਅੰਦੋਲਨ ਦਾ ਐਲਾਨ ਕੀਤਾ, ਉਹਨਾਂ ਦਾ ਅਧਿਕਾਰ ਹੈ, ਉਹ ਪੀਸਫੁਲੀ ਜਾ ਰਹੇ ਸੀ,
ਤੇ ਹਰਿਆਣਾ ਸਰਕਾਰ ਨੂੰ ਕੀ ਮੁਸ਼ਕਲ ਸੀ, ਉਹਨਾਂ ਨੇ ਉੱਥੇ ਬੈਰੀਕੇਡ ਕਿਉਂ ਖੜੇ ਕੀਤੇ? ਇਸੇ ਤਰ੍ਹਾਂ ਜਦੋਂ ਅਸੀਂ ਅੰਦੋਲਨ ਚ ਗਏ ਹਾਂ, ਸਾਡੇ ਸਾਹਮਣੇ ਉੱਥੇ ਦਿੱਲੀ, ਅਸੀਂ ਦਿੱਲੀ ਤੇ ਕਿਸੇ ਤਰ੍ਹਾਂ ਪਹੁੰਚ ਗਏ, ਇਹਨਾਂ ਦੀਆਂ ਟੀਅਰ ਗੈਸ, ਇਹਨਾਂ ਦੀਆਂ ਪਾਣੀ ਦੀਆਂ ਬੁਛਾੜਾਂ ਸਭ ਚੱਲਦੇ, ਅਸੀਂ ਉੱਥੇ ਪਹੁੰਚ ਗਏ, ਪਰ ਅਸੀਂ ਪੀਸਫੁਲ ਰਹੇ। ਔਰ ਜਿਹੜਾ ਉਹ ਮੋਰਚਾ 13 ਮਹੀਨੇ ਚੱਲਿਆ, ਉਹ ਦੁਨੀਆਂ ਦਾ ਸਭ ਤੋਂ ਵੱਧ ਪਾਰਟੀਸਪੇਸ਼ਨ ਵਾਲਾ ਮੋਰਚਾ, ਦੁਨੀਆਂ ਦਾ ਸਭ ਤੋਂ ਲੰਬਾ ਸਮਾਂ ਚੱਲਣ ਵਾਲਾ ਮੋਰਚਾ ਤੇ ਦੁਨੀਆਂ ਦਾ ਸਭ ਤੋਂ ਪੀਸਫੁਲ ਮੋਰਚਾ ਸੀ। ਇਹਨਾਂ ਦੀ ਪ੍ਰੋਵੋਕੇਸ਼ਨ ਦੇ ਬਾਵਜੂਦ ਏਜੰਸੀਆਂ ਦਾ ਸਾਨੂੰ ਉਦੋਂ ਹੀ ਪਤਾ ਲੱਗਦਾ ਸੀ, ਉੱਥੇ ਟਰੈਕਟਰ ਨੂੰ ਅੱਗ ਲਾਤੀ, ਉੱਥੇ ਲੰਗਰ ਚੱਗ ਲਾਤੀ, ਉੱਥੇ ਰੋਜ਼ ਭੱਜਦੇ ਸੀ, ਅਸੀਂ ਉਦੋਂ ਵਾਇਲੈਂਟ ਨਹੀਂ ਹੋਏ। ਹੁਣ ਮੈਂ ਉਹਨਾਂ ਨੂੰ ਪੁੱਛਿਆ ਵੀ ਮੇਰਾ ਅਧਿਕਾਰ ਹੈ ਦਿੱਲੀ ਜਾ ਕੇ ਅੰਦੋਲਨ ਕਰਨ ਦਾ, ਜੇ ਮੈਂ ਕਾਨੂੰਨ ਤੋੜਾਂਗਾ ਮੈਨੂੰ ਗ੍ਰਿਫਤਾਰ ਕਰ ਲਓ, ਤੇ ਜੇ ਮੈਂ ਕਾਨੂੰਨ ਨਹੀਂ ਤੋੜਦਾ, ਮੈਂ ਪ੍ਰੋਟੈਸਟ, ਪੀਸਫੁਲ ਪ੍ਰੋਟੈਸਟ ਕਰਨ ਜਾਂਦਾ, ਪੁਲਿਸ ਨੂੰ ਕੀ ਤਕਲੀਫ ਹੈ? ਇਹ 13 ਤਰੀਕ ਤੋਂ ਇੱਕ ਹਫ਼ਤਾ ਪਹਿਲਾਂ ਹੀ ਇਹਨਾਂ ਨੇ ਬੈਰੀਕੇਡ ਲਾਉਣੇ ਸ਼ੁਰੂ ਕਰਤੇ, 7-7 ਬੈਰੀਕੇਡ, ਔਰ ਵਿੱਚ ਕਿੱਲ ਗੱਡਤੇ। ਤੇ ਇਹ ਮੈਂ ਉਹਨਾਂ ਨੂੰ ਕਿਹਾ ਵੀ ਇਹ ਤਾਂ ਦੂਜੀ ਵਾਰੀ ਹੋਇਆ ਹੈ ਹਿੰਦੁਸਤਾਨ 'ਚ, ਇੱਕ ਵਾਰੀ ਭਜਨ ਲਾਲ ਦੀ ਸਰਕਾਰ ਵੇਲੇ, ਦੂਜੀ ਵਾਰੀ ਹੁਣ ਖੱਟਰ ਨੇ ਕੀਤਾ, ਬਈ ਪੰਜਾਬ ਦੇ ਸਾਰੇ ਬਾਰਡਰ ਸੀਲ ਕਰਤੇ, ਪੰਜਾਬ ਨੂੰ ਦੇਸ਼ ਨਾਲੋਂ ਕੱਟ ਆਫ ਕਰਤਾ। ਕੀ ਪੰਜਾਬੀ ਫੋਰਨਰ ਸੀ? ਇਹਨਾਂ ਤੋਂ ਕੀ ਖਤਰਾ ਸੀ? ਉਹ ਪੰਜਾਬੀ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ 'ਚ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ। ਸਾਡੀ ਜਿੰਨੇ ਲੋਕ ਫਾਂਸੀ ਚੜ੍ਹੇ, ਉਹਦੇ 'ਚੋਂ 92% ਪੰਜਾਬੀ ਸੀ। ਜਿਹੜੇ ਜੇਲ੍ਹਾਂ 'ਚ ਗਏ, ਉਹ ਸਭ ਤੋਂ ਵੱਡਾ ਹਿੱਸਾ ਸਾਡਾ ਸੀ। ਅਤੇ ਜਦੋਂ ਦੇਸ਼ ਦੀ ਆਜ਼ਾਦੀ ਮਿਲੀ, ਜੇ ਇਨ ਰੀਅਲ ਸੈਂਸ ਤੁਸੀਂ ਦੇਖੋ ਤਾਂ 10 ਲੱਖ ਪੰਜਾਬੀ, ਪੰਜਾਬਾਂ ਦੀ ਵੰਡ ਸੀਗੀ, ਦੇਸ਼ ਦੀ ਵੰਡ ਨਹੀਂ ਹੋਈ, 2 ਪੰਜਾਬਾਂ ਦੀ ਵੰਡ ਹੋਈ, ਜਿਹੜਾ ਅੱਧਾ ਪੰਜਾਬ ਉੱਧਰ ਰਹਿ ਗਿਆ, ਅੱਧਾ ਉੱਧਰ ਰਹਿ ਗਿਆ। ਇਸ ਵੰਡ ਦੇ ਵਿੱਚ 10 ਲੱਖ ਪੰਜਾਬੀ ਦੀ ਮੌਤ ਹੋਈ, ਔਰ ਉਹ 10 ਲੱਖ ਪੰਜਾਬੀਆਂ ਦੀ ਮੌਤ ਦੇ ਉੱਤੇ ਦੇਸ਼ ਦੀ ਆਜ਼ਾਦੀ ਜਿਹੜੀ ਉਹ ਘੁੰਮਦੀ ਹੈ, ਉਹ ਨੀਂਹ ਹੈ, ਨੀਂਹ 'ਚ ਪਈਆਂ ਲਾਸ਼ਾਂ। ਅਤੇ ਜਿੱਦਣ ਇਹੀ ਦੇਸ਼ ਨੂੰ ਲੋੜ ਪਈ, ਹਾਲੇ ਆ ਕੇ ਸੈਟਲ ਨਹੀਂ ਸੀ ਹੋਏ ਲੋਕ, ਚੀਨ ਨੇ ਹਮਲਾ ਕਰਤਾ, ਚੀਨ ਨੇ ਹਮਲਾ 1962 ਵਿੱਚ, ਤਾਂ ਹਿੱਕ ਡਾਹ ਕੇ ਲੜੇ ਪੰਜਾਬੀ ਲੜੇ। ਫਿਰ ਉਹਦੇ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਐਲਾਨ ਕੀਤਾ ਵੀ ਦੇਸ਼ ਬਹੁਤਾ ਅਮੀਰ ਨਹੀਂ, ਡਿਫੈਂਸ ਵਾਸਤੇ ਕੰਟਰੀਬਿਊਟ ਕਰੋ। ਕੈਨ ਯੂ ਇਮੈਜਿਨ, ਦਿਸ ਇਜ਼ ਔਨ ਰਿਕਾਰਡ, ਭਾਈ 17 ਕੁਇੰਟਲ 20 ਕਿਲੋ ਸੋਨਾ ਇਕੱਲੇ ਪੰਜਾਬੀਆਂ ਨੇ ਡੋਨੇਟ ਕੀਤਾ, ਤੇ ਬਾਕੀ ਸਾਰੇ ਦੇਸ਼ ਨੇ 20 ਕਿਲੋ। ਜਿਹੜੀ ਕੈਸ਼ ਕੰਪੋਨੈਂਟ ਸੀ ਸਾਡਾ 98% ਸੀ। ਤੇ ਉਹ ਪੰਜਾਬੀ ਜੇ ਪੀਸਫੁਲੀ ਆਪਣੀ ਗੱਲ ਕਹਿਣ ਜਾਣਾ ਚਾਹੁੰਦੇ ਨੇ ਦਿੱਲੀ, ਤੇ ਤੁਸੀਂ ਉਹਨਾਂ ਨੂੰ ਬੈਰੀਕੇਡ ਲਾ ਕੇ, ਕਿੱਲ ਗੱਡ ਕੇ, ਥਾਂ ਉਹਨਾਂ ਤਰ੍ਹਾਂ ਤਰ੍ਹਾਂ ਦੀਆਂ ਰੁਕਾਵਟਾਂ ਖੜੀਆਂ ਕਰਕੇ, ਇੱਕ ਫੌਜ ਮੂਹਰੇ ਖੜੀ ਕਰਕੇ ਉਹਨਾਂ ਨੂੰ ਰੋਕਦੇ ਹੋ, ਤੇ ਉਹਨਾਂ ਦੀ ਮਾਨਸਿਕ ਅਵਸਥਾ ਕੀ ਹੋਏਗੀ? ਅਸੀਂ 13 ਮਹੀਨੇ ਆਪਣੇ ਪਿੰਡੇ ਤੇ ਹੰਡਾਇਆ, 13 ਮਹੀਨੇ ਕੋਈ 725 ਸਾਡੇ ਸਾਥੀ ਸ਼ਹੀਦ ਵੀ ਹੋ ਗਏ, ਪਰ ਜਿਹੜੇ ਹੁਕਮਰਾਨ ਸੀ, ਜਿਨ੍ਹਾਂ ਦੀ ਡਿਊਟੀ ਸੀ, ਅਸੀਂ ਕਿਸਾਨ ਹਾਂ, ਕੋਈ ਪੋਲੀਟੀਕਲ, ਉਹਨਾਂ ਦੇ ਕੋਈ ਪੋਲੀਟੀਕਲ ਵਿਰੋਧੀ ਨਹੀਂ ਸੀ, ਉਹਨਾਂ ਦਾ ਹੱਕ ਬਣਦਾ ਸੀ ਵੀ ਸਾਡੇ ਨਾਲ ਬੈਠ ਕੇ ਗੱਲ ਕਰਦੇ। ਜਦੋਂ ਗੱਲਬਾਤ ਹੋਈ, ਉਹ ਟੋਟਲੀ ਅਨਕੰਸਟੀਟਿਊਸ਼ਨਲ ਗੱਲਾਂ ਕਰਦੇ ਸੀ। ਮੈਂ ਹੀ ਨੈਗੋਸ਼ੀਏਟ ਕਰਦਾ ਸੀ, ਮੈਂ ਨੈਗੋਸ਼ੀਏਸ਼ਨ ਵੇਲੇ ਇੱਕੋ ਗੱਲ ਕਰਦਾ ਸੀ ਵੀ ਐਗਰੀਕਲਚਰ ਸਟੇਟ ਸਬਜੈਕਟ ਹੈ, ਤੁਸੀਂ ਇਹਦੇ 'ਚ ਦਖਲ ਨਹੀਂ ਦੇ ਸਕਦੇ। ਉਹਨਾਂ ਨੇ ਕਿਹਾ ਜੀ ਅਸੀਂ ਫੂਡ ਸਟੱਫ 'ਤੇ ਕਾਨੂੰਨ ਬਣਾ ਸਕਦੇ ਹਾਂ। ਮੈਂ ਕਿਹਾ ਅਸੀਂ ਫੂਡ ਸਟੱਫ ਪੈਦਾ ਹੀ ਨਹੀਂ ਕਰਦੇ, ਅਸੀਂ ਫੂਡ ਗ੍ਰੇਨ ਪੈਦਾ ਕਰਦੇ ਹਾਂ, ਅਸੀਂ ਕਣਕ ਪੈਦਾ ਕਰਦੇ ਹਾਂ, ਫੂਡ ਸਟੱਫ ਆਟਾ, ਉਹ ਬਾਅਦ 'ਚ ਬਣਦਾ ਹੈ, ਅਸੀਂ ਝੋਨਾ ਪੈਦਾ ਕਰਦੇ ਹਾਂ, ਚੌਲ ਰਾਈਸ ਬਾਅਦ 'ਚ ਨਿਕਲਦੇ ਨੇ, ਉਹ ਫੂਡ ਸਟੱਫ ਹੈ। ਅਸੀਂ ਚੌਲ ਨਹੀਂ ਪੈਦਾ ਕਰਦੇ, ਝੋਨਾ ਪੈਦਾ ਕਰਦੇ ਹਾਂ, ਅਸੀਂ ਗੰਨਾ ਪੈਦਾ ਕਰਦੇ ਹਾਂ, ਚੀਨੀ ਨਹੀਂ ਪੈਦਾ ਕਰਦੇ, ਚੀਨੀ ਬਾਅਦ 'ਚ ਬਣਦੀ ਹੈ, ਤੁਸੀਂ ਫੂਡ ਸਟੱਫ 'ਤੇ ਬਣਾਈ ਜਾਓ, ਫੂਡ ਗ੍ਰੇਨ 'ਤੇ ਤੁਸੀਂ ਨਹੀਂ ਬਣਾ ਸਕਦੇ। ਅਸੀਂ ਉਹ ਇਸ ਗੱਲਬਾਤ ਤੋਂ ਭੱਜ ਗਏ, ਭੱਜ ਕੇ ਫਿਰ ਕਿੰਨੇ ਮਹੀਨੇ ਸਾਡੇ ਨਾਲ ਗੱਲਬਾਤ ਹੀ ਨਹੀਂ ਕੀਤੀ। ਫਿਰ ਆਪ ਮੁਹਾਰਾ ਇੱਕ ਤਰਫਾ ਉਹਨਾਂ ਨੇ ਮੰਗਾਂ ਮੰਨਣ ਦਾ ਐਲਾਨ ਕਰਤਾ, ਅਤੇ 13 ਮਹੀਨੇ ਜਿਹੜਾ ਬੰਦਾ ਬੈਠਾ ਰਹੇ ਸਰਦੀਆਂ 'ਚ, ਠੰਡ 'ਚ, ਕੋਵਿਡ ਦੇ ਵਿੱਚ, ਉਹਦੇ ਅੰਦਰ ਕੋਈ ਧੁਖਦੀ ਨਹੀਂ ਗੱਲ?
ਪੰਜਾਬ ਦੇ ਕਿਸਾਨ ਦੇ ਅੰਦਰ, ਦੇਸ਼ ਦੇ ਕਿਸਾਨ ਦੇ ਅੰਦਰ, ਹਰਿਆਣੇ ਦੇ ਕਿਸਾਨ ਦੇ ਅੰਦਰ, ਯੂਪੀ ਦੇ ਕਿਸਾਨ ਦੇ ਅੰਦਰ ਇਹ ਇੱਕ ਨਾਸੂਰ ਹੈ ਬੀਜੇਪੀ ਦੇ ਖਿਲਾਫ ਵੀ ਬੀਜੇਪੀ ਦੇ ਹੁਕਮਰਾਨਾਂ ਨੇ ਸਾਨੂੰ ਟਿੱਚ ਕਰਕੇ ਨਹੀਂ ਜਾਣਿਆ, ਅਸੀਂ ਉਹਨਾਂ ਦੇ ਪੋਲੀਟੀਕਲ ਵਿਰੋਧੀ ਨਹੀਂ ਸੀ, ਤੇ ਅੱਜ ਹੁਣ ਉਹਨਾਂ ਦੇ ਕੈਂਡੀਡੇਟ ਕਿਉਂ ਤੜਫਦੇ ਨੇ? ਅਸੀਂ ਤਾਂ 13 ਮਹੀਨੇ ਕਸ਼ਟ ਝੱਲਿਆ ਭਾਈ, ਤੁਸੀਂ ਤਾਂ 13 ਦਿਨ ਝੱਲੋਗੇ। ਪਰ ਉਹ ਕਹਿੰਦੇ ਨੇ ਕਿ ਜਿੱਥੇ ਜਾਂਦੇ ਆ ਉਹ ਹੰਸਰਾਜ ਹੰਸ ਦਾ ਮੈਂ ਇੱਕ ਬਿਆਨ ਸੁਣ ਰਿਹਾ ਸੀ, ਹੰਸਰਾਜ ਹੰਸ ਕਹਿੰਦੇ ਕਿ ਮੈਨੂੰ ਤਾਂ ਮਿੰਟ ਰਾਜ ਮਿੰਟ ਬਣਾਤਾ, ਉਹ ਆਂਦੇ ਮੈਂ ਤਾਂ ਘਰੇ ਵੀ ਹੱਥ ਜੋੜ ਕੇ ਪਿਆ ਰਹਿਣਾ, ਉਹ ਆਂਦੇ ਮੈਂ ਕਿਸਾਨਾਂ ਨੂੰ ਕਹਿੰਦਾ ਮੇਰੇ ਨਾਲ ਗੱਲਬਾਤ ਕਰੋ, ਤੇ ਉਹ ਆਂਦੇ ਕਿ ਗੱਲਬਾਤ ਤਾਂ ਕਰਦੇ ਨੀ, ਕਹਿੰਦੇ ਰੌਲਾ ਪਾਉਣ ਲੱਗ ਜਾਂਦੇ ਜਿੱਥੇ ਜਾਣਾ ਘੇਰ ਲੈਂਦੇ। ਨਹੀਂ, ਉਹਦੇ ਕੋਈ ਗੱਲਬਾਤ ਦਾ ਜਵਾਬ ਹੈ ਨਹੀਂ, ਉਹ ਮੈਂ ਸੁਣੀ ਹੈ ਬਹੁਤ ਸਾਰੀਆਂ ਵੀਡੀਓਜ਼ ਜਿੱਥੇ ਉਹ ਜਵਾਬ ਦਿੰਦਾ, ਜਦੋਂ ਜਵਾਬ ਦਿੰਦਾ ਉਹ ਗੱਲ ਨੂੰ ਘੁਮਾਉਂਦਾ, ਜਿਹੜੀ ਅਸਲ ਗੱਲ ਹੁੰਦੀ ਆ ਉਹਦੇ ਤੇ ਕਿਸੇ ਤੇ ਵੀ ਉਹ ਜਵਾਬ ਨਹੀਂ, ਉਹਦੇ ਕੋਲ ਜਵਾਬ ਹੈ ਨੀ। ਮੈਨੂੰ ਤੁਸੀਂ ਦੱਸੋ ਇਹਦਾ ਕੀ ਜਵਾਬ ਹੈ, ਕਿਲ ਕਿਉਂ ਕੱਢੇ? ਡੈਮੋਕ੍ਰੇਸੀ ਚ ਕਿਲ ਕੱਢਦੇ ਆ ਲੋਕਾਂ ਦੇ ਸਾਹਮਣੇ? ਡੈਮੋਕ੍ਰੇਸੀ ਚ 13 ਮਹੀਨੇ ਲਗਾਤਾਰ ਲੋਕਾਂ ਨੂੰ ਠੰਡ ਚ, ਗਰਮੀ ਚ, ਬਰਸਾਤ ਚ ਬਿਠਾ ਕੇ ਰੱਖਦੇ, ਕਿਤੇ ਅੱਜ ਤੱਕ ਆਜ਼ਾਦੀ ਤੋਂ ਬਾਅਦ ਕੋਈ ਇੱਕ ਮਿਸਾਲ ਦੱਸ ਦਿਓ ਵੀ ਏਡਾ ਲੰਬਾ ਸਮਾਂ ਲੋਕਾਂ ਨੂੰ ਹਰੈਸ ਕੀਤਾ ਹੋਵੇ, ਉਹ ਵੀ ਆਪਣੇ ਵਿਰੋਧੀ ਨਹੀਂ, ਜਿਹਨੂੰ ਤੁਸੀਂ ਅੰਨਦਾਤਾ ਕਹਿੰਦੇ ਹੋ, ਉਹਨਾਂ ਨੂੰ ਤੁਸੀਂ 13 ਮਹੀਨੇ ਉੱਥੇ ਬਿਠਾਇਆ ਹੋਵੇ, ਫਿਰ ਅੱਜ ਤੁਸੀਂ ਇਹ ਕਰੋ ਵੀ ਉਹ ਤੁਹਾਨੂੰ ਹੱਥਾਂ ਤੇ ਚੱਕਣ? ਇਹ ਉਹੀ ਪੰਜਾਬੀ ਨੇ ਜਿਹੜੇ ਜਦੋਂ ਇਹ ਲੀਡਰ ਆਉਂਦੇ ਨਾ ਕਿਸੇ ਦੇ ਘਰਾਂ ਚ, ਉਹਨੂੰ ਲੱਭਦਾ ਨੀ ਕੁਛ, ਮੈਂ ਇਹਨੂੰ ਕੀ ਦਵਾਂ ਖਾਣ ਨੂੰ, ਇਹਨੂੰ ਕਿੱਥੇ ਬਿਠਾਵਾਂ? ਪਰ ਉਹ ਜਿਹੜਾ ਇਹ ਵਿਰੋਧ ਚੱਲ ਰਿਹਾ ਜੀ, ਇਹ ਵਿਰੋਧ ਤੋਂ ਤੁਹਾਨੂੰ ਕੀ ਲੱਗਦਾ, ਮੈਸੇਜ ਕੀ ਦੇ ਪਾ ਰਹੇ ਹੋ, ਔਰ ਤੁਹਾਨੂੰ ਕੀ ਲੱਗਦਾ ਹੋਣਾ ਕੀ ਚਾਹੀਦਾ ਸੀ? ਉਮੀਦਵਾਰ ਹੋ ਕੇ ਬੀਜੇਪੀ ਕਹਿੰਦੀ ਅਸੀਂ ਉਤਾਰਨੇ ਸੀ, ਉਤਾਰੇ ਆ, ਹੋਣਾ ਕੀ ਚਾਹੀਦਾ ਸੀ? ਮੈਸੇਜ ਅਸੀਂ ਇਹ ਦੇਣਾ ਚਾਹੁੰਦੇ ਹਾਂ ਵੀ ਸੰਵਿਧਾਨ ਨੂੰ ਫੋਲੋ ਕਰਨ, ਜਿਹਨੇ ਵੀ ਸਰਕਾਰ ਬਣਾਉਣੀ ਹੈ, ਜਿਹੜਾ ਕੁਛ ਸਾਡੇ ਨਾਲ ਹੋ ਚੁੱਕਾ, ਇਹੋ ਜਿਹਾ ਵਿਹਾਰ ਕੋਈ ਜਿਹੜੀ ਸਰਕਾਰ ਸੈਂਟਰ ਚ ਆਵੇ ਦੁਬਾਰਾ ਨਾ ਕਿਸੇ ਨਾਲ ਕਰੇ, ਉਹਨਾਂ ਨੂੰ ਅਸੀਂ ਇਸ ਕਰਕੇ ਇਹਨਾਂ ਨੂੰ ਸਿੱਧੇ ਕਰਨਾ ਚਾਹੁੰਦੇ ਹਾਂ, ਤਾਂ ਕਿ ਬੀਜੇਪੀ ਵਾਲਿਆਂ ਨੂੰ ਪਤਾ ਲੱਗ ਜਾਏ ਅਸੀਂ ਟੋਟਲੀ ਅਨਕੰਸਟੀਟਿਊਸ਼ਨਲ ਔਰ ਅਣਮਨੁੱਖੀ ਵਿਹਾਰ ਕੀਤਾ ਕਿਸਾਨਾਂ ਦੇ ਨਾਲ, ਦੇਸ਼ ਦੇ ਕਿਸਾਨਾਂ ਨਾਲ, ਇੰਨੇ ਕਿਸਾਨ ਸ਼ਹੀਦ ਹੋ ਗਏ, ਤੁਸੀਂ ਆਪਣੀ ਸੱਤਾ ਦੇ ਨਸ਼ੇ ਵਿੱਚ ਆਕੜ 'ਚ ਰਹੇ ਵੀ ਕਿਸਾਨ ਕੌਣ ਹੈ ਜੀ, ਇਹਨਾਂ ਨੂੰ ਕਿਉਂ ਪੁੱਛਣਾ, ਇਹ ਤਾਂ ਜੱਟ ਬੂਟ ਨੇ, ਇਹਨਾਂ ਦਾ ਕੀ, ਇਹ ਤਾਂ ਮਿੱਟੀ ਨਾਲ ਘੁਲਣ ਵਾਲੇ ਲੋਕ ਨੇ, ਸਾਡੀ ਪਰਵਾਹ ਹੀ ਨਹੀਂ ਜੇ ਕਿਤੇ। ਮੈਨੂੰ ਤੁਸੀਂ ਇੱਕ ਦੱਸਿਓ, ਮੈਂ ਦਵਿੰਦਰ ਸ਼ਰਮਾ ਦੀ ਇੱਕ ਗੱਲ ਬੜੀ ਮੈਨੂੰ ਯਾਦ ਆਉਂਦੀ ਹੈ ਵਾਰ ਵਾਰ, ਉਹ ਕਹਿੰਦਾ ਵੀ ਹਰ ਸਾਲ 3.5 ਲੱਖ ਕਰੋੜ ਰੁਪਈਆ NPA ਕਹਿ ਕੇ ਕਾਰਪੋਰੇਟ ਹਾਊਸਿਸ ਦਾ ਮਾਫ਼ ਹੋ ਜਾਂਦਾ, ਤੇ ਇਦੋਂ ਵੱਧ ਉਹਨਾਂ ਨੂੰ ਟੈਕਸ ਬੈਨੀਫਿਟ ਹੁੰਦੇ ਨੇ ਹਰ ਸਾਲ, 7-8 ਲੱਖ ਕਰੋੜ ਉਹਨਾਂ ਦਾ ਪੱਕਾ ਹੀ ਹੈ, ਜਿਹੜਾ ਹੋਰ ਕੁਛ ਲੈਂਦੇ ਨੇ ਅਲੱਗ, ਤੇ ਉਹਨਾਂ ਨੇ ਕਦੇ ਧਰਨਾ ਲਾਇਆ? ਉਹਨਾਂ ਨੇ ਕਦੇ ਮੰਗ ਕੀਤੀ ਆ ਵੀ ਸਾਡਾ ਕਰਜ਼ਾ ਮਾਫ਼ ਕਰੋ? ਉਹ ਇਹੀ ਹੈ ਨਾ ਵੀ ਉਹ ਇਹਨਾਂ ਦੇ ਭਾਈਵੰਦ ਨੇ, ਉਹ ਇਹਨਾਂ ਨੂੰ ਫਾਈਨੈਂਸ ਕਰਦੇ ਨੇ, ਇਸ ਕਰਕੇ ਉਹਨਾਂ ਨੇ, ਕਿਸਾਨ ਜਿਹੜਾ ਮਿੱਟੀ ਨਾਲ ਮਿੱਟੀ ਹੋ ਕੇ ਤੁਹਾਡੇ ਲਈ ਅੰਨ ਪੈਦਾ ਕਰਦਾ, ਉਹਨੂੰ ਕਿਉਂ ਰੋਲਦੇ ਹੋ? ਪਰ ਇਹ ਵਿਰੋਧ ਦੇ ਦੌਰਾਨ ਤੁਹਾਨੂੰ ਕੀ ਲੱਗਦਾ ਹੈ ਕਿ ਗੱਲ ਕਿੱਥੇ ਪਹੁੰਚੇਗੀ, ਕਿਉਂਕਿ ਚੋਣਾਂ ਹੀ ਜਿਹੜੀਆਂ ਮੁੱਖ ਤੌਰ ਤੇ ਇੱਕ ਹਥਿਆਰ ਨੇ ਜੀ ਵੋਟਾਂ ਹੀ, ਜਮਾਂ ਚੋਣਾਂ ਦੇ ਸਿਰ ਤੇ ਆ ਕੇ ਦੁਬਾਰਾ ਸੰਘਰਸ਼ ਸ਼ੁਰੂ ਹੁੰਦਾ ਕਿਸਾਨ ਜਥੇਬੰਦੀਆਂ ਦਾ? ਬੇਸ਼ੱਕ ਚਲੋ ਤੁਸੀਂ ਉਹਦਾ ਹਿੱਸਾ ਪ੍ਰੋਪਰ ਨਾ ਹੋਵੋ, ਪਰ ਕਿਉਂਕਿ ਮਸਲਾ ਇੱਕ ਹੈ, ਤਾਂ ਐਸੇ ਮਾਹੌਲ ਦੇ ਵਿੱਚ ਵੀ ਗੱਲਬਾਤ ਸਿਰੇ ਨਹੀਂ ਚੜ੍ਹਦੀ ਤਾਂ ਕੀ ਲੱਗਦਾ ਫਿਰ, ਜੇ ਇਸ ਮਾਹੌਲ ਦੇ ਵਿੱਚ ਗੱਲਬਾਤ ਸਿਰੇ ਨਹੀਂ ਲੱਗੀ ਰਾਜੇਵਾਲ ਸਾਹਿਬ, ਤਾਂ ਅੱਗੇ ਹੱਥ ਪੱਲੇ ਆਏਗਾ ਕੀ? ਲੜਾਈ ਇਹੀ ਹੈ, ਲੜਾਈ ਅਸਲ ਵਿੱਚ ਇਹੀ ਹੈ ਵੀ ਜਿਹੜਾ ਪੋਲੀਟੀਕਲ ਲੀਡਰਸ਼ਿਪ ਹੈ, ਚਾਹੇ ਕਿਸੇ ਪਾਰਟੀ ਦੀ ਹੋਵੇ, ਅੱਜ ਬੀਜੇਪੀ ਦਾ ਇੰਨਾ ਵਿਰੋਧ ਹੋ ਰਿਹਾ, ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਘੇਰਦੇ ਨੇ ਲੋਕ ਵੀ ਤੁਸੀਂ ਇੱਥੇ 2 ਸਾਲ ਹੋ ਗਏ, ਤੁਸੀਂ ਝੂਠ ਬੋਲੀ ਜਾਂਦੇ ਹੋ, ਉਹਨਾਂ ਨੂੰ ਵੀ ਘੇਰਦੇ ਨੇ ਲੋਕਾਂ ਚ। ਮੈਂ ਇਹ ਸਮਝਦਾ ਇਸ ਅੰਦੋਲਨ ਨੇ ਆਮ ਲੋਕਾਂ ਨੂੰ ਜ਼ੁਬਾਨ ਦੇ ਦਿੱਤੀ,
ਬੋਲਣਾ ਸਿਖਾਤਾ ਤੇ ਉਹ ਆਪਣੇ ਮੁੱਦੇ ਉਠਾਉਣ। ਹੁਣ ਤੁਸੀਂ ਤਾਂ ਇਹ ਸੀਗਾ ਵੀ ਫਲਾਣਾ ਸਾਹਿਬ ਆ ਗਿਆ ਇਹਨੂੰ ਵੋਟ ਪਾ ਦੋ, ਮੇਰੇ ਕੋਲ ਫਲਾਣਾ ਸਰਦਾਰ ਆ ਗਿਆ ਇਹਨੂੰ ਵੋਟ ਪਾ ਦੋ। ਅੱਜ ਉਹ ਸਰਦਾਰੀਆਂ ਉਹ ਜਿਹੜੇ ਜੇਬਾਂ ਚ ਸਾਨੂੰ ਪਾਈ ਫਿਰਦੇ ਹੁੰਦੇ ਸੀ ਉਹ ਨੀ ਲੱਭਦੇ ਕਿਤੇ। ਅੱਜ ਹੁਣ ਲੋਕ ਸਵਾਲ ਕਰਨ ਲੱਗ ਪਏ, ਇਹ ਤੋਂ ਇੱਕ ਨਵੀਂ ਤਬਦੀਲੀ ਆਏਗੀ, ਤਬਦੀਲੀ ਆਏਗੀ ਪੋਲੀਟੀਕਲ ਸੋਚ ਵਿੱਚ, ਤਬਦੀਲੀ ਆਏਗੀ ਵੀ ਕੁਛ ਕਰਨਾ ਪਊ ਲੋਕਾਂ ਨੂੰ। ਹੁਣ ਇੱਥੇ ਦੇ ਲੋਕਾਂ ਨੇ ਅੱਜ ਅੱਧ ਦਰਜੇ ਦੀ ਗਰੀਬੀ ਹੈ, ਅਨਇੰਪਲਾਇਮੈਂਟ ਹੈ, ਮਹਿੰਗਾਈ ਹੈ, ਇਹਨਾਂ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ ਹੈ। ਚਰਚਾ ਹੋ ਰਹੀ ਹੈ ਮੰਦਰ ਮਸਜਿਦ ਤੇ, ਚਰਚਾ ਹੋ ਰਹੀ ਹੈ ਹਿੰਦੂ ਮੁਸਲਿਮ ਤੇ। ਜ਼ੋਰ ਲਾ ਲਓ, ਮੈਂ ਦਾਅਵੇ ਨਾਲ ਕਹਿੰਦਾ ਪੰਜਾਬ ਵਿੱਚ ਜਿਹਦਾ ਜੀ ਕਰਦਾ ਮੋਦੀ ਦਾ ਪਿਓ ਵੀ ਜ਼ੋਰ ਲਾ ਲਵੇ ਤੇ ਤਾਂ ਵੀ ਇੱਥੇ ਹਿੰਦੂ ਮੁਸਲਿਮ ਝਗੜੇ ਨਹੀਂ ਹੁੰਦੇ, ਤਾਂ ਵੀ ਇੱਥੇ ਹਿੰਦੂ ਸਿੱਖਾਂ ਦੇ ਝਗੜੇ ਨਹੀਂ ਹੁੰਦੇ। ਪਰ ਉਹ ਕਹਿੰਦੇ ਵੋਟ ਅਸੀਂ ਲੈ ਜਾਂਗੇ ਰਾਮ ਮੰਦਿਰ। ਨਹੀਂ ਵੋਟ ਦੇਖੋ ਉਹ ਇੱਕ ਅਲੱਗ ਚੀਜ਼ ਹੈ, ਕੁਛ ਲੋਕਾਂ ਨੇ ਪਾਉਣੀ ਹੈ ਵੋਟ, ਹੁੰਦੇ ਹੀ ਨੇ, ਕੋਈ ਕਮਿਟਿਡ ਨੇ, ਉਹਨਾਂ ਦਾ ਕੇਡਰ ਵੀ ਹੈਗਾ, ਉਹਨਾਂ ਨੇ ਤਾਂ ਵੋਟ ਪਾਉਣੀ ਹੈ, ਉਹਦੀ ਨਹੀਂ ਸਵਾਲ। ਸਵਾਲ ਇਹ ਆ ਵੀ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਹੈ ਉਹ ਕੀ ਉਹ ਦੇਸ਼ ਦੇ ਹਿੱਤ 'ਚ ਹੈ। ਅਸੀਂ ਸਮਝਦੇ ਹਾਂ ਅਸੀਂ ਦੇਸ਼ ਦੇ ਹਿੱਤ ਵਿੱਚ ਪੋਲੀਟੀਕਲ ਲੀਡਰਸ਼ਿਪ ਨੂੰ ਇਹ ਅਹਿਸਾਸ ਕਰਵਾ ਰਹੇ ਹਾਂ ਵੀ ਜਦੋਂ ਰਾਜ ਭਾਗ ਹੁਣ ਕਰੋ ਇੱਦਾਂ ਦੀ ਬਦਸਲੂਕੀ ਲੋਕਾਂ ਨਾਲ ਨਹੀਂ ਕਰਨੀ। ਪੰਜਾਬ ਦੇ ਵਿੱਚ ਜਿਹੜਾ ਆਗੂਆਂ ਦਾ ਵਿਰੋਧ ਹੋ ਰਿਹਾ ਜੀ, ਹਰਿਆਣੇ 'ਚ ਵੀ ਹੋ ਰਿਹਾ, ਹੋਰ ਸੂਬਿਆਂ 'ਚ ਵੀ ਹੋ ਰਿਹਾ, ਪਰ ਜਿਹੜਾ ਇਹ ਵਿਰੋਧ ਹੋ ਰਿਹਾ ਜਿਹੜੇ ਆਗੂਆਂ ਦਾ, ਤੁਸੀਂ ਕੀ ਸਮਝਦੇ ਹੋ ਫਿਰ ਹੋਣਾ ਕੀ ਚਾਹੀਦਾ ਸੀ ਉਹਨਾਂ ਆਗੂਆਂ ਨੂੰ, ਫੈਸਲਾ ਕੀ ਲੈਣਾ ਚਾਹੀਦਾ ਸੀ? ਉਹ ਕਹਿੰਦੇ ਨੇ ਕਿ ਅਸੀਂ ਤਾਂ ਦੇਖੋ ਪਾਰਟੀ ਵੱਲੋਂ ਚੋਣ ਲੜ ਰਹੇ ਹਾਂ ਤੇ ਅਸੀਂ ਵੋਟ ਮੰਗ ਰਹੇ ਹਾਂ, ਫਿਰ ਐਸੇ ਮਾਹੌਲ ਦੇ ਵਿੱਚ ਉਹ ਆਗੂ ਜਾਂਦੇ ਕਿੱਧਰ, ਕੀ ਕਰਦੇ? ਨਹੀਂ ਉਸ ਵੇਲੇ ਜਦੋਂ ਅਸੀਂ ਉੱਥੇ ਬੈਠੇ ਸੀ ਉਹਨਾਂ ਆਗੂਆਂ ਦਾ ਰੋਲ ਕੀ ਸੀ ਜੀ? ਉਹਨਾਂ ਦੇ ਵਿੱਚ ਬਹੁਤ ਸਾਰੇ ਨੇ, ਮੈਂ ਨਾਂ ਨਹੀਂ ਲੈਣਾ, ਜਿਹੜੇ ਇੱਥੇ ਉਹ ਤਿੰਨ ਕਾਨੂੰਨ ਉਹਨਾਂ ਦੀ ਵਕਾਲਤ ਕਰਦੇ ਰਹੇ ਬੀਜੇਪੀ ਦੇ ਸਾਰੇ ਆਗੂ ਇੱਥੇ ਜਿਹੜੇ ਸੀ। ਮੁਸ਼ਕਲ ਇਹ ਹੋ ਗਈ ਖੜੀ ਵੀ ਪਾਰਟੀਆਂ ਦੇ ਵਿੱਚ ਕੋਈ ਸੱਚ ਬੋਲਣ ਵਾਲਾ ਵੀ ਨਹੀਂ ਰਿਹਾ ਵੀ ਜੇ ਮੈਂ ਕਿਤੇ ਸੱਚ ਬੋਲਤਾ ਤਾਂ ਜਿਹੜਾ ਸਾਡਾ ਮੁੱਖ ਲੀਡਰ ਹੈ ਉਹ ਨਾਰਾਜ਼ ਨਾ ਹੋ ਜਾਏ, ਉਹਦੇ ਕਰਕੇ ਜੋ ਕਹਿੰਦਾ ਉਹਦੀ ਝੋਲੀ ਚੁੱਕੀ ਜਾਓ। ਇਹ ਜਿਹੜਾ ਹੈਗਾ ਨਾ ਇੱਕ ਅਲੱਗ ਵਿਸ਼ੇਸ ਸਰਕਲ ਬਣਿਆ ਹੋਇਆ, ਇਹਦੇ ਚ ਬਾਹਰ ਨਿਕਲਣਾ ਪਏਗਾ ਪੋਲੀਟਿਸ਼ਨ ਨੂੰ। ਆਪਣੀ ਪਾਰਟੀ ਦੇ ਅੰਦਰ ਰਹਿ ਕੇ ਵੀ ਪਾਰਟੀ ਜੇ ਕੁਛ ਗਲਤ ਕਰਦੀ ਹੈ ਉਹਨਾਂ ਨੂੰ ਮੁੱਦੇ ਉਠਾਉਣੇ ਪੈਣਗੇ। ਬੀਜੇਪੀ ਦੀ ਲੀਡਰਸ਼ਿਪ ਨੂੰ ਉਸ ਵੇਲੇ ਜਦੋਂ ਸਾਡੇ ਨਾਲ ਧੱਕਾ ਹੋ ਰਿਹਾ ਸੀ ਉਦੋਂ ਇਹ ਜਿਹੜੇ ਅੱਜ ਚੋਣ ਲੜਨ ਵਾਲੇ ਕਿੱਥੇ ਸੀ ਜੀ? ਉਦੋਂ ਇਹਨਾਂ ਨੇ ਕਿਉਂ ਨਾ ਕਿਹਾ ਵੀ ਸਾਡੇ ਕਿਸਾਨਾਂ ਨੂੰ ਤੁਸੀਂ ਧੱਕਾ ਕਰ ਦਿਓਗੇ? ਇਹਨਾਂ ਬਾਅਦ 'ਚ ਜੋ ਆਪਣੇ ਆਪ ਹੀ ਯੂਨੀਲੇਟਰੀ ਪ੍ਰਾਈਮ ਮਿਨਿਸਟਰ ਨੇ ਅਨਾਊਂਸ ਕਰਤੀਆਂ ਕਾਨੂੰਨ ਵਾਪਸ ਲੈ ਲਏ ਤੇ ਹਾਲੇ ਵੀ ਕਾਰਪੋਰੇਟ ਐਗਰੀਕਲਚਰ ਵੱਲ ਵਧਣ ਨੂੰ ਮੋਦੀ ਸਰਕਾਰ ਪਿੱਛੇ ਨਹੀਂ ਹਟੀ। ਔਰ ਮੈਂ ਮੇਰੇ ਵਰਗੇ ਬੰਦੇ ਤਾਂ ਅੱਜ ਵੀ ਸਮਝਦੇ ਆ ਨਾ ਵੀ ਹਾਲੇ ਮੋਦੀ ਪਿੱਛੇ ਨਹੀਂ ਹਟਿਆ। ਮੈਂ ਇੱਕ ਚੀਜ਼ ਹੋਰ ਸਮਝ ਨਹੀਂ ਜਾਊਂਗਾ, ਜਦੋਂ ਕਿਸੇ ਲੀਡਰ ਨੂੰ ਟਿਕਟ ਨਹੀਂ ਮਿਲਦੀ ਪਾਰਟੀ 'ਚੋਂ ਉਹ ਝੱਟ ਛੱਡ ਕੇ ਜਾਂ ਤਾਂ ਆਜ਼ਾਦ ਲੜ ਲੈਂਦਾ ਜਾਂ ਦੂਜੇ ਪਾਸੇ ਜਾ ਵੜਦਾ। ਕਿਸਾਨੀ ਮਸਲੇ 'ਤੇ ਇੰਨਾ ਵਿਰੋਧ, ਸਾਰਾ ਕੁਛ ਹੋ ਰਿਹਾ, ਫਿਰ ਕਿਸੇ ਲੀਡਰ ਦੀ ਇੰਨੀ ਹਿੰਮਤ ਕਿਉਂ ਨਹੀਂ ਪਈ ਵੀ ਯਾਰ ਮੈਂ ਛੱਡ ਦਿਆਂ? ਜੇ ਮੰਨ ਲਓ ਕੋਈ ਲੀਡਰ ਟਿਕਟ ਛੱਡ ਕੇ ਆਜ਼ਾਦ ਲੜਦਾ ਜਾਂ ਕਿਸਾਨਾਂ ਦੇ ਹੱਕ ਦੇ ਵਿੱਚ ਆਹ ਨਾਰਾ ਮਾਰ ਦਿੰਦਾ, ਤਾਂ ਕੀ ਉਸ ਲੀਡਰ ਦੇ ਪ੍ਰਤੀ ਫਿਰ ਤੁਹਾਨੂੰ ਲੱਗਦਾ ਕਿ ਐਸਾ ਮਾਹੌਲ ਬਣਦਾ ਤੇ ਉਹ ਲੀਡਰ ਜਿੱਤ ਤੱਕ ਵੀ ਪਹੁੰਚਦਾ ਤੇ ਇੱਕ ਤੁਸੀਂ ਇੱਕ ਨਵਾਂ ਮੈਸੇਜ ਦੇ ਸਕਦੇ? ਲੋਕੀ ਹੱਥਾਂ ਤੇ ਚੱਕ ਲੈਂਦੇ ਜੇ ਇੱਦਾਂ ਦੀ ਕੋਈ ਗੱਲ ਹੁੰਦੀ ਨਾ, ਕਿਸੇ ਲੀਡਰ ਨੇ ਆਪਣੇ ਆਪ ਨੂੰ ਲੋਕਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੁੰਦੀ ਉਹਨੂੰ ਹਾਰ ਨਹੀਂ ਸੀ ਦਿੰਦੇ, ਲੋਕ ਉਹਨੂੰ ਹੱਥਾਂ ਤੇ ਚੱਕ ਲੈਂਦੇ। ਆਮ ਆਦਮੀ ਪਾਰਟੀ ਵਾਲਿਆਂ ਨੇ ਕੀ ਕੀਤਾ ਸੀ ਜੀ? ਸਾਡਾ ਜਿਹੜਾ ਅੰਦੋਲਨ ਸੀ ਉਹਨੂੰ ਕੈਸ਼ ਕੀਤਾ, ਉਹਨੂੰ ਕੈਸ਼ ਕਰਕੇ ਸਰਕਾਰ ਬਣਾ ਕੇ ਲੈ ਗਏ। ਤਾਂ ਇਸ ਕਰਕੇ ਮੈਂ ਸਮਝਦਾ ਜਿਹੜੀ ਲੀਡਰਸ਼ਿਪ ਨੇ ਇੱਥੇ ਲੋਕਾਂ ਦੀ ਗੱਲ ਕਰਨੀ ਸੀ ਉਹ ਪਾਰਟੀਆਂ ਬਦਲਣ ਲੱਗ ਗਈ, ਕਦੇ ਉਹ ਉੱਧਰ ਚਲਾ ਗਿਆ, ਉਹ ਉੱਧਰ ਚਲਾ ਗਿਆ। ਤਾਂ ਇਹ ਜਿਹੜਾ ਤਰੀਕਾ ਸੀ ਇਹਦੇ ਨਾਲ ਸਗੋਂ ਜਿਹੜਾ ਆਮ ਆਦਮੀ ਆ ਹੋਰ ਦੁਖੀ ਹੋਇਆ। ਇਸ ਜਿਹੜੀ ਆਹ ਇਲੈਕਸ਼ਨ ਹੈ, ਇਸ ਇਲੈਕਸ਼ਨ 'ਚ ਬਹੁਤ ਨਵਾਂ ਕੁਛ ਤੈਅ ਕਰਨਾ, ਇਸ ਇਲੈਕਸ਼ਨ ਨੇ ਲੀਡਰਾਂ ਨੂੰ ਬਹੁਤ ਕੁਛ ਸਿਖਾਉਣਾ ਵੀ ਲੋਕਾਂ ਨੂੰ ਧੋਖਾ ਨਾ ਦੇਣਗੇ ਲੋਕ, ਪਾਰਟੀਆਂ ਦੇ ਅੰਦਰ ਬੈਠ ਕੇ ਡੈਮੋਕ੍ਰੇਸੀ ਨੂੰ ਡਿਸਕਸ ਕਰਨਗੇ ਲੋਕ, ਇਹ ਸਾਰਾ ਕੁਛ ਇਸ ਇਲੈਕਸ਼ਨ ਦੇ ਵਿੱਚੋਂ ਨਿਕਲਣਾ। ਅੱਛਾ ਰਾਜਵਾਲ ਸਾਹਿਬ, ਇੱਕ ਚੀਜ਼ ਹੋਰ ਸਮਝਣੀ ਚਾਹੂੰਗਾ, ਤੁਸੀਂ ਵਿਧਾਨ ਸਭਾ ਚੋਣਾਂ ਲੜੀਆਂ, ਇੱਕ ਵੱਖਰਾ ਤੁਸੀਂ ਆਪਦਾ ਕਿਸਾਨਾਂ ਦੇ ਤੁਹਾਡੇ ਉਮੀਦਵਾਰ ਜਿਹੜੇ ਹੈਗੇ ਮੈਦਾਨ ਦੇ ਵਿੱਚ ਨਿਤਰੇ,
ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਫਿਰ ਜੇ ਤੁਹਾਨੂੰ ਲੱਗਦਾ ਹੈ ਕਿ ਇੱਕ ਪਾਸੇ ਵਿਰੋਧ ਵੀ ਆਪਾਂ ਕਰ ਰਹੇ ਹਾਂ ਤਾਂ ਕੀ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ ਨਿਤਰਨਾ ਠੀਕ ਨਹੀਂ ਸਮਝਿਆ ਕਿ ਜੇ ਚਲੋ ਉਦੋਂ ਨਹੀਂ ਗੱਲ ਬਣੀ ਤਾਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਬੀਜੇਪੀ ਉਮੀਦਵਾਰਾਂ ਨੂੰ ਹਰਾਉਣ ਦੀ ਸਮਰੱਥਾ ਰੱਖਦੇ ਹੋ ਤਾਂ ਕੀ ਤੁਸੀਂ ਜਿੱਤਣ ਦੀ ਸਮਰੱਥਾ ਨਹੀਂ ਰੱਖਦੇ ਤੁਹਾਨੂੰ ਲੱਗਦਾ ਜਾਂ ਤੁਹਾਡਾ ਕੌਨਫੀਡੈਂਸ ਆ ਜਿਹੜਾ ਇੱਥੇ ਤੁਸੀਂ ਗਵਾਤਾ? ਇਹ ਨਹੀਂ, ਸਵਾਲ ਇਹ ਨਹੀਂ ਹੈ, ਅਸਲੀਅਤ ਲੋਕਾਂ ਨੂੰ ਪਤਾ ਹੀ ਨਹੀਂ। ਜਦੋਂ ਅਸੀਂ ਉੱਥੇ ਬੈਠੇ ਸੀ ਉਦੋਂ ਸਾਡੇ ਵਿੱਚ ਕੇਜਰੀਵਾਲ ਆ ਕੇ ਰੋਜ਼ ਕਹਿੰਦਾ ਸੀ ਬਈ ਮੈਂ ਮੇਰੀ ਸਪੋਰਟ ਕਰੋ। ਕੇਜਰੀਵਾਲ ਰੋਜ਼ ਆ ਕੇ ਕਹਿੰਦਾ ਸੀ ਮੇਰੀ ਸਪੋਰਟ ਕਰੋ। ਕੇਜਰੀਵਾਲ ਦੀ ਸਪੋਰਟ ਅਸੀਂ ਕੀਤੀ ਨਹੀਂ। ਉਸ ਵੇਲੇ ਅਸੀਂ ਕਿਹਾ ਲੋਕਾਂ ਨੂੰ ਵੀ ਭਾਈ, ਉਹਨੂੰ ਕੇਜਰੀਵਾਲ ਨੂੰ ਕਿਹਾ ਵੀ ਤੂੰ ਇਲੈਕਸ਼ਨ ਜਦੋਂ ਆਏਗਾ ਉਦੋਂ ਗੱਲ ਕਰੀ। ਜਦੋਂ ਅਸੀਂ ਅੰਦੋਲਨ ਜਿੱਤ ਕੇ ਆ ਗਏ ਫਿਰ ਕੁਛ ਲੋਕਾਂ ਨੇ ਬੈਠ ਕੇ ਗੱਲ ਕੀਤੀ ਵੀ ਚਲੋ ਫੈਸਲਾ ਕਰੀਏ। ਫੈਸਲਾ ਇਹ ਹੋ ਗਿਆ ਕੇਜਰੀਵਾਲ ਨਾਲ ਬੈਠ ਕੇ ਵੀ ਮੈਂ ਚੀਫ ਮਿਨਿਸਟਰ ਹੋਊਂਗਾ, ਸੀਟਾਂ ਦੱਸੋ ਕਿਹੜੀਆਂ ਲੈਣੀਆਂ। ਅਸੀਂ ਇੱਕ ਕਮੇਟੀ ਬਣਾਤੀ, ਉਹ ਕਮੇਟੀ ਹਰਮੀਤ ਸਿੰਘ ਕਾਦੀਆਂ ਸੀ, ਮਨਜੀਤ ਸਿੰਘ ਰਾਏ ਸੀ, ਉਹਨੇ 45 ਸੀਟਾਂ ਆਫਰ ਕੀਤੀਆਂ। ਤੇ ਜਦੋਂ ਇਹ ਸਾਰਾ ਕੁਝ ਫਾਈਨਲ ਹੋ ਗਿਆ ਉਸ ਵੇਲੇ ਫਿਰ ਜਿਹੜਾ ਸਾਡੇ ਲੈਫਟ ਵਾਲੇ ਸੀ ਇਹ ਕਹਿੰਦੇ ਯਾਰ ਉਹ ਤਾਂ ਬੜਾ ਬੰਦਾ ਮਾੜਾ, ਉਹਦੇ ਨਾਲ ਇਲੈਕਸ਼ਨ ਨਹੀਂ ਸਾਂਝ ਨਹੀਂ ਪਾਉਣੀ। ਤੂੰ, ਮੈਂ ਪੋਲੀਟੀਸ਼ੀਅਨ ਨਹੀਂ ਸੀ, ਜੇ ਤਾਂ ਮੈਂ ਪੋਲੀਟੀਸ਼ੀਅਨ ਹੁੰਦਾ ਤੇ ਮੈਂ ਤਾਂ ਚੀਫ ਮਿਨਿਸਟਰ ਬਣਨਾ ਸੀ। ਮੈਂ ਉਹਨਾਂ ਦੀ ਗੱਲ ਨਾ ਮੰਨਦਾ, ਮੈਂ ਕਿਹਾ ਨਹੀਂ, ਮੈਂ ਸਾਰੀ ਉਮਰ ਨਹੀਂ ਇਲੈਕਸ਼ਨ ਲੜੀ, ਮੈਂ ਹੁਣ ਵੀ ਤੁਹਾਡੀ ਗੱਲ ਨਹੀਂ ਥੱਲਦਾ ਤੇ ਮੈਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਇੱਕ ਫੈਸਲਾ ਕਰ ਲਓ, ਫਿਰ ਮੁੜ ਕੇ ਮੈਨੂੰ ਨਾ ਕਿਹਾ ਇਲੈਕਸ਼ਨ ਲੜਨ, ਮੈਂ ਨਹੀਂ ਫਿਰ ਇਲੈਕਸ਼ਨ ਲੜਨੀ। ਕਹਿੰਦੇ ਠੀਕ ਹੈ, ਮੈਂ ਜਾ ਕੇ ਉਹਨੂੰ ਜਵਾਬ ਦੇ ਆਇਆ। ਉਹ ਮੈਨੂੰ ਕਹਿੰਦਾ ਵੀ ਤੂੰ ਇਕੱਲਾ ਵੀ ਆ ਜਾ ਤਾਂ ਵੀ ਚੀਫ ਮਿਨਿਸਟਰ। ਮੈਂ ਕਿਹਾ ਨਹੀਂ, ਮੈਂ ਆਪਣੇ ਸਾਥੀ ਨਹੀਂ ਛੱਡ ਸਕਦਾ ਇਲੈਕਸ਼ਨ ਤੋਂ। ਫੈਸਲਾ ਹੋ ਗਿਆ ਸੀ, ਦੂਜੀ ਵਾਰੀ ਉਹਨੇ ਕਿਹਾ ਤੂੰ ਇਕੱਲਾ ਵੀ ਆ ਜਾ ਤਾਂ ਵੀ ਤੂੰ ਚੀਫ ਮਿਨਿਸਟਰ। ਫਿਰ ਉਹ ਤੇ ਬਾਅਦ ਕੀ ਹੋਇਆ ਵੀ ਇੱਕ ਮਹੀਨਾ ਇਹ ਆਪੋ ਵਿੱਚ ਇਕੱਲੇ ਇਕੱਲੇ ਲੈਫਟ ਵਾਲੇ ਤੇ ਸਾਡੇ ਬਾਕੀ ਸਾਥੀ ਗੱਲਾਂ ਕਰਦੇ ਰਹੇ। ਮੈਨੂੰ ਚੰਡੀਗੜ੍ਹ ਸੱਦਿਆ, ਕਹਿੰਦੇ ਅਸੀਂ ਫੈਸਲਾ ਕਰ ਲਿਆ ਇਲੈਕਸ਼ਨ ਲੜਨੀ, ਮੈਂ ਦੱਸੋ ਕਿਹਦੀ ਮਦਦ ਕਰਨੀ, ਮੈਂ ਅਨਾਊਂਸ ਕਰ ਦਿੰਦਾ। ਕਹਿੰਦੇ ਨਹੀਂ, ਇੱਦਾਂ ਨਹੀਂ ਕਰਨਾ, ਇੱਦਾਂ ਅਨਾਊਂਸ ਨਹੀਂ ਕਰਨਾ, ਤੇਰੀ ਅਗਵਾਈ ਚ ਲੜਨੀ ਹੈ। ਮੈਂ ਕਿਹਾ ਮੈਂ ਤਾਂ ਲੜਨੀ ਨੀ। ਰੌਲਾ ਪਿਆ, ਹੋਏ ਹੋਏ ਹੋਈ, ਉਹ ਦੇਖੋ ਜੀ ਗੁਰੂ ਸਾਹਿਬ ਨੇ 5 ਸਿੰਘਾਂ ਨੂੰ ਜਵਾਬ ਨਹੀਂ ਦਿੱਤਾ, ਸਾਨੂੰ ਸਾਰਿਆਂ ਨੂੰ ਜਵਾਬ ਦਿੰਦਾ। ਮੈਂ ਚੁੱਪ ਕਰ ਗਿਆ, ਮੈਨੂੰ ਪਤਾ ਹੀ ਨਹੀਂ ਸੀ। ਮੇਰੇ ਪਿੱਛੇ ਲਿਆ ਕੇ ਇੱਕ ਫੱਟਾ ਖੜਾ ਕਰਤਾ ਸੰਯੁਕਤ ਸਮਾਜ ਮੋਰਚੇ ਦਾ, ਉਹ ਹਰਮੀਤ ਕਾਦੀ, ਉਹਨਾਂ ਨੇ ਖੜਾ ਕੀਤਾ। ਟਿਕਟਾਂ ਵੰਡਣ ਲੱਗ ਗਏ, ਇਹਨਾਂ ਨੇ ਟਿਕਟਾਂ ਵੰਡੀਆਂ, ਮੈਂ ਟਿਕਟ ਨਹੀਂ ਵੰਡੀ। ਟਿਕਟਾਂ ਵੰਡਣ ਲੱਗ ਗਏ, ਜਦੋਂ ਲਾਸਟ ਡੇ ਆ ਗਈ ਨਾ ਕਾਗਜ਼ ਵਾਪਸ ਲੈਣ ਦੀ, ਉਹ ਤੇ ਅਗਲੇ ਦਿਨ ਮੇਰੇ ਕੋਲ ਆ ਗਏ, ਜੀ ਹੁਣ ਪੇਪਰ ਵਾਪਸ ਲੈ ਲਓ। ਮੈਂ ਹੁਣ ਨਹੀਂ ਮਿਲਦਾ। ਕਹਿੰਦੇ ਕਿਉਂ? ਮੈਂ ਕਿਹਾ ਜਿਹੜੇ 102 ਬੰਦੇ ਮੇਰੇ ਨਾਂ ਤੇ ਖੜੇ ਕੀਤੇ ਆ ਇਹ ਮੈਨੂੰ ਸਾਰੀ ਉਮਰ ਗਾਲਾਂ ਕੱਢਣਗੇ ਵੀ ਇਹਨੇ ਸਾਨੂੰ ਧੋਖਾ ਦਿੱਤਾ, ਮੈਂ ਇਹ ਸਿੱਖਿਆ ਹੀ ਨਹੀਂ, ਮੈਂ ਨਹੀਂ ਇਹ ਕਰਨਾ। ਉਹ ਕਹਿੰਦੇ ਜੀ ਫਿਰ ਅਸੀਂ ਤੇਰਾ ਵਿਰੋਧ ਕਰਾਂਗੇ। ਮੈਂ ਕਿਹਾ ਮੈਨੂੰ ਵੋਟ ਹੀ ਕਿਉਂ ਨਾ ਪਵੇ, ਇਹਦੇ ਨਾਲ ਮੈਨੂੰ ਕੋਈ ਮਤਲਬ ਹੀ ਨਹੀਂ। ਪਰ ਫਿਰ ਖਾਲੀ ਹੱਥ ਕਿਵੇਂ ਰਹਿ ਗਏ ਤੇ ਇਹਨਾਂ? ਸਾਰਿਆਂ ਨੇ ਵਿਰੋਧ ਕੀਤਾ, ਫਿਰ ਸਾਰੀਆਂ ਜਥੇਬੰਦੀ ਨੇ ਵਿਰੋਧ ਕੀਤਾ। ਫਿਰ ਇਸੇ ਕਰਕੇ ਐਸਕੇਐਮ ਟੁੱਟਿਆ, ਐਸਕੇਐਮ ਟੁੱਟਿਆ, ਮੈਂ ਗਿਆ ਨਹੀਂ। ਫਿਰ ਕਹਿਣ ਲੱਗ ਗਏ ਸਾਡਾ ਅੱਜ ਪਛਤਾਵਾ ਹੈ, ਉਹ ਚੋਣ ਨਹੀਂ ਲੜਨੀ ਚਾਹੀਦੀ ਸੀ, ਜਾਂ ਤੁਹਾਨੂੰ ਲੱਗਦਾ ਕਿ ਸਹੀ ਫੈਸਲਾ ਸੀ? ਨਹੀਂ, ਫੈਸਲਾ ਉਹਨਾਂ ਦਾ ਸੀ, ਮੇਰਾ ਨਹੀਂ ਸੀ। ਤੁਹਾਨੂੰ ਅੱਜ ਲੱਗਦਾ ਕਿ ਨਹੀਂ ਸੀ ਲੜਨਾ ਚਾਹੀਦਾ? ਮੈਂ ਸਾਰੀ ਉਮਰ ਨਹੀਂ ਲੜਿਆ, ਫਿਰ ਉਦੋਂ ਵੀ ਨਹੀਂ ਸੀ ਲੜਨੀ ਚਾਹੀਦੀ। ਮੈਂ ਉਹਨਾਂ ਦੀ ਗੱਲਾਂ ਚ ਆ ਗਿਆ। ਪਛਤਾਵਾ ਕਰਦੇ ਹੋ? ਪਛਤਾਵਾ ਹੈ, ਬਿਲਕੁਲ ਠੀਕ ਹੈ, ਇਹਦੇ ਚ ਮੈਨੂੰ ਨਹੀਂ ਸੀ ਲੜਨੀ ਚਾਹੀਦੀ। ਪਰ ਲੜੋਗੇ ਕਦੇ? ਨਹੀਂ, ਹੁਣ ਨਹੀਂ, ਹੁਣ ਕੋਈ ਪ੍ਰੋਗਰਾਮ ਨਹੀਂ। ਉਹ ਤਾਂ ਪਾਰਟੀ ਵੀ ਉਹਨਾਂ ਨੇ ਬਣਾਈ ਸੀ, ਉਹ ਲੈ ਲੂਗੇ ਆਪਣੀ ਸਾਰਾ ਜੋ ਸੀ ਧਾਮ ਚਾਮ। ਪਰ ਕਦੇ ਕਦੇ ਪਿਆਂ ਪਿਆਂ ਨੂੰ ਐ ਆਉਂਦਾ ਸੁਪਨਾ ਜਿਹਾ ਵੀ ਰਾਜਵਾਲ ਸਾਹਿਬ ਮੁੱਖ ਮੰਤਰੀ ਹੋਣਾ, ਸਰਕਾਰ ਬਣ ਗਈ? ਮੈਂ ਬੜਾ ਕੁਝ ਦੇਖਿਆ, ਮੈਂ ਬੜੇ ਪ੍ਰਾਈਮ ਮਿਨਿਸਟਰ ਨਾਲ ਡੀਲ ਕੀਤਾ,
ਮੈਨੂੰ ਮੈਂ ਤਾਂ ਦੁਨੀਆਂ ਦੇ ਵੱਡੇ ਵੱਡੇ ਲੀਡਰਾਂ ਨਾਲ ਵਿਦੇਸ਼ਾਂ ਚ ਜਾ ਕੇ ਮੀਟਿੰਗਾਂ ਕੀਤੀਆਂ, ਇਹਦੇ ਉੱਤੇ ਕੀ ਲੈਣਾ? ਘਰਦੇ ਨੇ ਕਦੇ ਕਿਹਾ ਵੀ ਬਾਹਰ ਮੁੱਖ ਮੰਤਰੀ ਦਾ ਫੱਟਾ ਲੱਗਦਾ? ਘਰਦੇ ਮੇਰੇ ਦਖਲ ਨਹੀਂ ਦਿੰਦੇ, ਉਹ ਮੇਰੇ ਕੰਮ ਚ ਦਖਲ ਨਹੀਂ ਦਿੰਦੇ, ਉਹ ਆਪਣਾ ਕੰਮ ਕਰਦੇ ਨੇ, ਮੈਂ ਆਪਣਾ ਕੰਮ ਕਰਦਾ। ਅੱਛਾ, ਫਿਰ ਇਹੀ ਕਾਰਨ ਰਿਹਾ ਕਿ ਐਤਕੀ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਫੈਸਲਾ ਕੀਤਾ ਕਿ ਨਹੀਂ ਲੜਨਾ? ਨਹੀਂ, ਸੋਚਿਆ ਵੀ ਨੀ, ਲੜਨਾ ਤਾਂ ਦੂਰ ਸੋਚਿਆ ਵੀ ਨੀ ਕਿਸੇ ਨੇ। ਕੀ ਤੁਹਾਨੂੰ ਲੱਗਦਾ ਕਿ ਜਿਹੜੀ ਗਲਤੀ ਪਿਛਲੀ ਵਾਰੀ ਹੋਈ, ਜੇ ਐਤਕੀ ਲੜਦੇ ਤਾਂ ਸ਼ਾਇਦ ਤੁਹਾਡੇ ਹੱਕ ਦੇ ਵਿੱਚ ਫਤਵਾ ਜਾਂਦਾ? ਜਦੋਂ ਫੈਸਲਾ ਨਹੀਂ ਕੀਤਾ ਨਾ ਕੋਈ ਸੋਚਿਆ ਇਹਦੇ ਬਾਰੇ, ਫਿਰ ਇਹ ਸਵਾਲ ਇਰਰੈਲੇਵੈਂਟ ਹੋ ਜਾਂਦਾ। ਤੇ ਰਸਤਾ ਫਿਰ ਤੁਹਾਨੂੰ ਲੱਗਦਾ ਕਿ ਹੁਣ ਇੱਕੋ ਇੱਕ ਰਸਤਾ ਬਚਦਾ ਕਿ ਬੀਜੇਪੀ ਉਮੀਦਵਾਰ ਦਾ ਵਿਰੋਧ? ਇੱਕੋ ਇੱਕ ਰਸਤਾ ਬਚਦਾ, ਜਿਹੜੀਆਂ ਪੋਲੀਟੀਕਲ ਲੀਡਰਸ਼ਿਪ ਇੱਥੇ ਦੀ, ਉਹ ਲੋਕਾਂ ਬਾਰੇ ਸੋਚਣਾ ਸ਼ੁਰੂ ਕਰੇ, ਲੋਕਾਂ ਨੂੰ ਧੱਕੇ ਮਾਰਨ ਦਾ ਕੰਮ ਨਾ ਕਰੇ। ਇਸ ਗੱਲ ਤੇ ਸਾਡਾ ਜ਼ਿਆਦਾ ਫੋਕਸ ਹੈ, ਅਸੀਂ ਜੋ ਕੁਛ ਕਰ ਰਹੇ ਹਾਂ, ਲੋਕਾਂ ਨੂੰ ਲੋਕਾਂ ਦੀ ਗੱਲ ਹੋਣੀ ਚਾਹੀਦੀ ਹੈ, ਲੋਕਾਂ ਦੀ ਗੱਲ ਨਹੀਂ ਹੁੰਦੀ। ਅੱਛਾ, ਕੀ ਲੱਗਦਾ ਨਤੀਜੇ ਕੀ ਰਹਿਣਗੇ ਜੀ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਹੀ ਆਪਾਂ ਤਾਂ ਗੱਲ ਕਰੀਏ ਕਿਉਂਕਿ ਤੁਸੀਂ ਤਾਂ ਨੈਸ਼ਨਲ ਲੈਵਲ ਤੇ ਕਿਸਾਨ ਜਥੇਬੰਦੀਆਂ ਚਲਾ ਰਹੇ ਹੋ, ਕੀ ਨਤੀਜੇ ਰਹਿਣਗੇ ਦੇਸ਼ ਦੇ ਵਿੱਚ ਲੱਗਦਾ ਤੁਹਾਨੂੰ, ਤੁਹਾਡੇ ਇਸ ਕਿਸਾਨੀ ਪ੍ਰੋਟੈਸਟ ਦੇ ਚੱਲਦਿਆਂ? ਸਾਰੀਆਂ ਸਟੇਟਾਂ ਚ ਪ੍ਰੋਟੈਸਟ ਹੋ ਰਿਹਾ ਅੱਜ ਦੀ ਤਰੀਕ ਵਿੱਚ, ਬੀਜੇਪੀ ਨੂੰ ਫਿਕਰ ਪਿਆ ਹੋਇਆ ਹੈ, ਬੀਜੇਪੀ ਨੂੰ ਅੱਜ ਫਿਕਰ ਪਿਆ ਹੋਇਆ ਵੀ ਅਸੀਂ ਕਿਤੇ ਆਪਣਾ ਬਚਾ ਸਕਦੇ ਹਾਂ ਭਵਿੱਖ। ਤੇ ਮੈਨੂੰ ਲੱਗਦਾ ਇਹ ਹੈ ਵੀ ਜਿਹੜਾ ਸੀ ਨਾ 400 ਦਾ ਨਾਰਾ, ਉਹਦੇ ਨੇੜੇ ਤੇੜੇ ਵੀ ਨਹੀਂ ਹੈ, ਉਹਦੇ ਨੇੜੇ ਤੇੜੇ ਵੀ ਨਹੀਂ ਹੈ ਪੰਜਾਬ ਦੇ ਵਿੱਚ। ਕੀ ਲੱਗਦਾ ਬੀਜੇਪੀ ਦਾ ਦਾਅਵਾ ਕਰਦੀ ਹੈ ਪੰਜਾਬ 'ਚ? ਨਹੀਂ, ਬੀਜੇਪੀ ਨੂੰ ਤਾਂ ਕੁਛ ਨਹੀਂ ਲੱਭਣਾ ਪੰਜਾਬ 'ਚ, ਬੀਜੇਪੀ ਦੇ ਪੱਲੇ ਕੁਛ ਨਹੀਂ ਹੈ ਪੰਜਾਬ 'ਚ, ਪੰਜਾਬ ਦੇ ਲੋਕ ਏਡੇ ਮੂਰਖ ਨਹੀਂ ਹਨ। ਬੀਜੇਪੀ ਨੇ ਜੇ ਲੜਾਈ ਹੋਏਗੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਦਰਮਿਆਨ ਹੋਏਗੀ, ਇਹ ਦੋਵੇਂ ਲੈ ਜਾਣਗੇ ਸੀਟਾਂ, ਬਾਕੀ ਤੋਂ ਕੋਈ ਲੱਗਦਾ ਨਹੀਂ। ਤੇ ਉਹਨਾਂ ਦਾ ਤਾਂ ਦੇਸ਼ 'ਚ ਗੱਠਜੋੜ ਹੈ ਜੀ, ਫਿਰ ਪੰਜਾਬ 'ਚ ਤੁਸੀਂ ਕਹਿੰਦੇ ਮੁਕਾਬਲਾ ਹੀ ਉਹਨਾਂ 'ਚ? ਨਹੀਂ, ਪੰਜਾਬ ਦੀ ਅਲੱਗ ਸਥਿਤੀ ਹੈ, ਬਾਕੀ ਕੋਈ ਆਫਟਰ ਆਲ ਰੂਲਿੰਗ ਪਾਰਟੀ ਹੈ ਇੱਥੇ, ਉਹਨਾਂ ਦੀ ਸਰਕਾਰ ਹੈ, ਰਾਜ ਭਾਗ ਹੈ ਉਹਨਾਂ ਦਾ ਜੀ, ਤਾਂ ਫਿਰ ਉਹ ਕੁਛ ਨਾ ਕੁਛ ਤਾਂ ਹੋਏਗਾ ਨਾ ਉਹਨਾਂ ਦਾ। ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ? ਅਕਾਲੀ ਦਲ ਦਾ ਵੀ ਲੋਕ, ਅਸਲ 'ਚ ਮੁਸ਼ਕਲ ਇਹ ਹੈ ਵੀ ਅਕਾਲੀ ਦਲ ਦਾ ਜਿਹੜਾ ਪਿੱਛੇ ਫੋਕਸ ਹੋਏਗਾ ਨਾ, ਬੇਅਦਬੀਆਂ ਦੇ ਮਾਮਲੇ 'ਤੇ ਜੋ ਕੁਛ ਹੋਇਆ ਜੀ, ਜਾਂ ਪਿੱਛੇ 10 ਸਾਲ ਲਗਾਤਾਰ ਸਰਕਾਰ ਰਹੀ ਜਿਸ ਤਰ੍ਹਾਂ ਦਾ ਰਵੱਈਆ ਰਿਹਾ, ਉਹ ਤੋਂ ਫਿਰ ਉਹ ਉਹਨਾਂ ਦਾ ਨੁਕਸਾਨ ਹੋਇਆ। ਬਹੁਤ ਬਹੁਤ ਸ਼ੁਕਰੀਆ, ਦੇਖਦੇ ਹਾਂ ਰਾਜਵਾਲ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਨਤੀਜੇ ਰਹਿੰਦੇ ਆ। ਪਰ ਫਿਲਹਾਲ ਬਲਵੀਰ ਸਿੰਘ ਰਾਜੇਵਾਲ ਹੋਣੀ, ਕਿਉਂਕਿ ਇੱਕ ਕਿਸਾਨ ਆਗੂ ਨੇ ਔਰ ਸਾਫ਼ ਤੌਰ 'ਤੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਬੀਜੇਪੀ ਨੂੰ ਇਸਦਾ ਨੁਕਸਾਨ ਝੱਲਣਾ ਪਵੇਗਾ, ਕਿਸਾਨ ਜਥੇਬੰਦੀਆਂ ਸਿੱਧੇ ਤੌਰ 'ਤੇ ਬੀਜੇਪੀ ਦੇ ਸਾਹਮਣੇ ਡਟੀਆਂ ਹੋਈਆਂ ਨੇ ਔਰ ਝਟੀਆਂ ਰਹਿਣਗੀਆਂ। ਪਰ ਦੇਖਦੇ ਹਾਂ ਕੀ ਨਤੀਜੇ ਰਹਿਣਗੇ, ਪੰਜਾਬ ਦੇ ਵਿੱਚ ਕੀ ਨਤੀਜੇ ਰਹਿਣਗੇ, ਦੇਸ਼ ਦੇ ਵਿੱਚ ਕੀ ਨਤੀਜੇ ਰਹਿਣਗੇ। ਪਰ ਨਾਲ ਵੱਡੀ ਗੱਲ ਇਹ ਮੰਨਦੇ ਨੇ ਰਾਜਵਾਲ ਸਾਹਿਬ ਕਿ ਚੋਣਾਂ ਲੜਨ ਦਾ ਫੈਸਲਾ ਮੇਰੀ ਗਲਤੀ ਸੀ ਔਰ ਭਵਿੱਖ ਦੇ ਵਿੱਚ ਕੋਈ ਚੋਣ ਨਹੀਂ ਲੜਾਂਗਾ, ਮੈਨੂੰ ਪਹਿਲਾਂ ਹੀ ਆਪਣੇ ਚੋਣ ਲੜਨ ਦੇ ਫੈਸਲੇ ਦਾ ਪਛਤਾਵਾ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਪਿੰਦਰ ਸਿੰਘ ਦਾ, ਨਿਊਜ਼ 18 ਸਮਰਾਲਾ।